ਹੈਲੋ ਦੋਸਤੋ, ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਡਰਾਈਵਰ ਦੀਆਂ ਭਰਤੀਆਂ ਬਾਰੇ ਦੱਸਣ ਜਾ ਰਿਹਾ ਹਾਂ। ਕਿਹੜੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਆਈਆਂ ਹਨ, ਇਹਨਾਂ ਨੂੰ ਕਿੰਨੀ ਤਰੀਕ ਤੱਕ ਤੁਸੀਂ ਜਿਹੜਾ ਫਿੱਲ ਕਰ ਸਕਦੇ ਹੋ ਅਤੇ ਕਿੰਨੀਆਂ ਅਸਾਮੀਆਂ ਕੱਢੀਆਂ ਗਈਆਂ ਹਨ, ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਪਰ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਬਾਰੇ ਜਾਣਕਾਰੀ ਤੁਹਾਨੂੰ ਟਾਈਮ ਟੂ ਟਾਈਮ ਮਿਲ ਸਕੇ। ਤਾਂ ਦੋਸਤੋ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SAS ਨਗਰ ਵਿਖੇ ਜਿਹੜੀਆਂ ਡਰਾਈਵਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਅਤੇ ਇਹਨਾਂ ਨੂੰ ਫਿੱਲ ਕਰਨ ਦੀ ਜਿਹੜੀ ਆਖਰੀ ਤਰੀਕ ਹੈਗੀ ਹੈ ਜੀ 3/7/2024। ਅਤੇ ਅਸਾਮੀਆਂ ਦੀ ਗਿਣਤੀ ਬਾਰੇ ਗੱਲ ਕਰ ਲਈ ਤਾਂ ਜਨਰਲ ਦੀ ਇੱਕ ਅਤੇ ਸਰੀਰਕ ਅਤੇ ਤੌਰ 'ਤੇ ਅਪਾਹਜ ਜਿਹੜੀਆਂ ਵਿਅਕਤੀਆਂ ਵਾਸਤੇ ਇੱਕ ਜਿਹੜੀ ਪੋਸਟ ਕੱਢੀ ਗਈ ਹੈ। ਅਤੇ ਏਜ ਲਿਮਿਟ ਦੀ ਗੱਲ ਕਰੀਏ ਤਾਂ ਦੋਸਤੋ, 1/1/2024 ਨੂੰ ਘੱਟੋ ਘੱਟ ਜਿਹੜੀ 18 ਸਾਲ ਅਤੇ 37 ਸਾਲ ਤੋਂ ਵੱਧ ਦੀ ਉਮਰ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਵਿੱਦਿਅਕ ਯੋਗਤਾ ਦੀ ਗੱਲ ਕਰ ਲਈਏ ਤਾਂ ਦੋਸਤੋ, ਇੱਕ ਵਿਸ਼ੇ ਵਜੋਂ ਪੰਜਾਬੀ ਨਾਲ ਮੈਟ੍ਰਿਕ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਬਿਨੈਕਾਰ ਕੋਲ ਲਾਈਟ ਮੋਟਰ ਵਹੀਕਲ ਦਾ ਵੈਧ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਬਿਨੈਕਾਰ ਦਾ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਸੰਬੰਧੀ ਕਿਸੇ ਵੀ ਅਦਾਲਤ ਵਿੱਚ ਕੋਈ ਅਪਰਾਧਿਕ ਕੇਸ ਲੰਬਿਤ ਨਹੀਂ ਹੋਣਾ ਚਾਹੀਦਾ, ਕੋਈ ਫੌਜਦਾਰੀ ਅਦਾਲਤ ਵੱਲੋਂ ਬਿਨੈਕਾਰ ਨੂੰ ਦੋਸ਼ੀ ਠਹਿਰਾ ਨਾ ਗਿਆ ਹੋਵੇ। ਅਤੇ ਬਿਨੈਕਾਰ ਕੋਲ ਕਿਸੇ ਵੀ LMV ਦੀ ਡਰਾਈਵਿੰਗ ਵਿੱਚ ਘੱਟੋ ਘੱਟ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਤਜਰਬੇ ਦੀ ਮਿਆਦ ਡਰਾਈਵਿੰਗ ਲਾਇਸੈਂਸ ਜਾਰੀ ਹੋਣ ਦੀ ਮਿਤੀ ਤੋਂ ਜਿਹੜੀ ਗਿਣੀ ਜਾਵੇਗੀ। ਅਤੇ ਦੋਸਤੋ, ਡਰਾਈਵਿੰਗ ਤਜਰਬੇ ਦਾ ਸਬੂਤ ਅਸੈਸਮੈਂਟ ਆਫ ਜਨਰਲ ਐਪਟੀਟਿਊਡ ਬਿਹੇਵੀਅਰ ਡਰੈਸ ਐਂਡ ਮੈਨਰਿਜ਼ਮ ਦਾ ਸਮੇਂ ਜਾਂ ਫਿਰ ਸਟੇਟ ਅਥਾਰਟੀ ਵੱਲੋਂ ਕਿਸੇ ਵੀ ਸਮੇਂ ਮੰਗੇ ਜਾਣ 'ਤੇ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਫੀਸ ਦੇ ਬਾਰੇ ਗੱਲ ਕਰ ਲਈਏ ਤਾਂ ਦੋਸਤੋ, ਜਨਰਲ ਵਾਸਤੇ 1000 ਰੁਪਏ ਫੀਸ ਰੱਖੀ ਗਈ ਹੈ। ਸਰੀਰਕ ਤੌਰ 'ਤੇ ਅਪਾਹਜ ਜਿਹੜੇ ਵਿਅਕਤੀ ਹਨ ਉਹਨਾਂ ਲਈ ਜਿਹੜੀ 500 ਰੁਪਈਆ ਫੀਸ ਰੱਖੀ ਗਈ ਹੈ। ਰਾਖਵਾਂਕਰਨ ਪੰਜਾਬ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਹੋਵੇਗਾ ਅਤੇ ਤੁਸੀਂ ਇਸ ਨੂੰ ਆਪਣੀ ਸਕਰੀਨ ਉੱਪਰ ਵੀ ਦੇਖ ਸਕਦੇ ਹੋ। ਤਨਖਾਹ ਸਕੇਲ ਦੀ ਗੱਲ ਕਰੀਏ ਤਾਂ ਦੋਸਤੋ, 7ਵੇਂ ਕੇਂਦਰੀ ਤਨਖਾਹ ਕਮਿਸ਼ਨ ਤਹਿਤ ਜਾਰੀ ਜਿਹੜੀਆਂ ਇੰਸਟਰਕਸ਼ਨਾਂ ਮੁਤਾਬਿਕ 21,700 ਰੁਪਏ ਤੁਹਾਡੀ ਜਿਹੜੀ ਤਨਖਾਹ ਹੋਵੇਗੀ। ਚੋਣ ਮਾਪਦੰਡ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦੀ ਚੋਣ ਡਰਾਈਵਿੰਗ ਸਕਿੱਲ ਟੈਸਟ ਅਤੇ ਅਸੈਸਮੈਂਟ ਆਫ ਜਨਰਲ ਐਪਟੀਟਿਊਡ ਬਿਹੇਵੀਅਰ ਡਰੈਸ ਐਂਡ ਮੈਨਰਿਜ਼ਮ ਦੇ ਆਧਾਰ 'ਤੇ ਕੀਤੀ ਜਾਵੇਗੀ। ਠੀਕ ਹੈ ਜੀ। ਬਾਕੀ ਤੁਸੀਂ ਜਿਹੜੀਆਂ ਚੋਣ ਮਾਪਦੰਡ ਦੀਆਂ ਜਿਹੜੀਆਂ ਸ਼ਰਤਾਂ ਨੇ ਇਹ ਤੁਸੀਂ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਹੋ। ਅਰਜ਼ੀ ਦੇਣ ਦਾ ਤਰੀਕਾ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਕਿਵੇਂ ਤੁਸੀਂ ਜਿਹੜੀ ਅਰਜ਼ੀ ਭਰਨੀ ਹੈ। ਤੁਸੀਂ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਉੱਪਰ ਜਾ ਕੇ ਜਿਹੜਾ ਤੁਸੀਂ ਸਾਰੀ ਇਸ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਹੀ ਜਿਹੜਾ ਇਹਨਾਂ ਵਾਸਤੇ ਅਸਾਮੀਆਂ ਵਾਸਤੇ ਜਿਹੜਾ ਅਪਲਾਈ ਕਰਨਾ ਹੈ। ਤਾਂ ਦੋਸਤੋ, ਜਿਹੜਾ ਫਾਰਮ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਾ ਫਾਰਮ ਹੈਗਾ ਹੈ। ਤੁਸੀਂ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਉੱਪਰ ਜਾ ਕੇ ਡਾਊਨਲੋਡ ਕਰ ਸਕਦੇ ਹੋ ਅਤੇ ਇਹ ਜਿਹੜਾ ਫਾਰਮ ਭਰ ਕੇ ਇਹਨਾਂ ਨੂੰ ਤੁਸੀਂ ਜਿਹੜਾ ਅਰਜ਼ੀ ਦੇਣੀ ਹੈਗੀ ਹੈ। ਤਾਂ ਦੋਸਤੋ, ਇਹ ਸੀ ਡਰਾਈਵਰ ਦੀਆਂ ਭਰਤੀਆਂ ਬਾਰੇ ਜਾਣਕਾਰੀ। ਅਤੇ ਹੋਰਨਾਂ ਜੋਬਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।